ਸਰ ਦੋਸਤ ਦਰੂਸ਼ੀ ਪੜੋ ਬਿਸਮਿਲ੍ਲਾ ਨਹਮਦੁਹੁ ਵਨਸੱਲੀ ਅਲਾ ਰਸੂਲਿਹਿਲ ਕਰੀਮ ਅੰਮਾ ਬਾਅਦੁ ਫਅਊਜ਼ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਫਅਜ਼ਕੁਰੂਨੀ ਅਜ਼ਕੁਰਕੁਮ ਵਸ਼ਕੁਰੂਲੀ ਵਲਾ ਤਕਫੁਰੂਨ ਆਮਨਤੁ ਬਿੱਲਾਹਿ ਸਦਕਾ ਅੱਲਾਹੁ ਅਲ-ਅਲੀਯੁਲ ਅਜ਼ੀਮ ਵਸਦਕਾ ਰਸੂਲੁਹੁ ਨਬੀਯੁਲ ਕਰੀਮ ਵਨਹਨੁ ਅਲਾ ਜ਼ਾਲਿਕਾ ਮਿਨਸ਼ ਸ਼ਾਹਿਦੀਨਾ ਵਸ਼ਾਕਿਰੀਨ ਵਲਹਮਦੁ ਲਿੱਲਾਹਿ ਰੱਬਿਲ ਆਲਮੀਨ ਹਰ ਦਮ ਖੁਦਾ ਨੂੰ ਯਾਦ ਕਰ ਐਵੇਂ ਉਮਰ ਨਾ ਆਪਣੀ ਬਰਬਾਦ ਕਰ ਮਰਨ ਤੋਂ ਪਹਿਲਾਂ ਇਹ ਜਿੰਦ ਆਜ਼ਾਦ ਕਰ ਗੱਲ ਸੁਣ ਮੇਰੀ ਹੈ ਬੇਖਬਰ ਕਈ ਜੀਤ ਗਏ ਕਈ ਹਾਰ ਗਏ ਕਈ ਲਾਤਾਰੀ ਲੰਘ ਪਾਰ ਗਏ ਕਈ ਡੁੱਬਦੇ ਬੇੜੇ ਤਾਰ ਗਏ ਯਾਰ ਤੂੰ ਗਾਫਲ ਨਾ ਹੋ ਨਾ ਵੇਖ ਪਰਾਈਆਂ ਚੋਪੜੀਆਂ ਤੇ ਨਾ ਤਰਸਾ ਜੀ ਜਦੋਂ ਤੂੰ ਅੱਖੀਆਂ ਮੀਟ ਗਿਆ ਦਸ ਬੰਦਿਆ ਤੇਰਾ ਕੀ ਪਾ ਕੇ ਉਹਦਾ ਜਿਸ ਨੇ ਬਗੈਰ ਥੰਮਾਂ ਦੇ ਆਸਮਾਨ ਨੂੰ ਛੱਤ ਬਣਾਇਆ ਪਾ ਕੇ ਉਹ ਜ਼ਾਤ ਜਿਸ ਪਾਣੀ ਦੇ ਉੱਤੇ ਮਿੱਟੀ ਦਾ ਵਿਛਾਉਣਾ ਵਿਛਾਇਆ ਜਿਵੇਂ ਦੋਸਤੋ ਸਾਡੀਆਂ ਸ਼ਕਲਾਂ ਇੱਕੋ ਜਿਹੀਆਂ ਨਹੀਂ ਇੰਝ ਹੀ ਸਾਡੀਆਂ ਅਕਲਾਂ ਵੀ ਇੱਕੋ ਜਿਹੀਆਂ ਨਹੀਂ ਸਾਡੇ ਦੁੱਖ ਵੀ ਇੱਕੋ ਜਿਹੇ ਨਹੀਂ ਸਾਡੀਆਂ ਪਰੇਸ਼ਾਨੀਆਂ ਵੀ ਇੱਕੋ ਜਿਹੀਆਂ ਨਹੀਂ ਹੱਲ ਕਰਨ ਵਾਲਾ ਇੱਕੋ ਹੀ ਜਿਹਦੇ ਬੂਹੇ ਤੇ ਅਸੀਂ ਆਏ ਹਾਂ ਸਾਰਿਆਂ ਨੂੰ ਮੁਬਾਰਕ ਹੋਵੇ ਇਸ ਔਖੇ ਕੰਮ ਦੇ ਵਿੱਚ ਐਡੇ ਅੱਛੇ ਬੁਰੇ ਹਾਲਾਤ ਦੇ ਵਿੱਚ ਬੰਦੇ ਆਪਣੇ ਕੰਮ ਛੱਡ ਪੈਂਦੇ ਨੇ ਮੈਂ ਨਹੀਂ ਜਾ ਸਕਦਾ ਅਤੇ ਸਾਡੇ 'ਤੇ ਖੁਦਾ ਦਾ ਕਰਮ ਹੈ ਕਿ ਖੁਦਾ ਸਾਨੂੰ ਸ਼ੌਕ ਦਿੱਤਾ ਉਸੇ ਤੌਫੀਕ ਦਿੱਤੀ ਉਹ ਸਾਡੀਆਂ ਮੁਸ਼ਕਲਾਂ ਹੱਲ ਨਾ ਕਰਨੀਆਂ ਹੁੰਦੀਆਂ ਸਾਨੂੰ ਆਪਣੇ ਬੂਹੇ 'ਤੇ ਆਵਣ ਅਤੇ ਜੇ ਹੁਣ ਇੱਥੋਂ ਕੋਈ ਖਾਲੀ ਜਾਵੇ ਤਾਂ ਸਾਨੂੰ ਤਾਂ ਕਿਸੇ ਨੇ ਮਿਲਣਾ ਦੇਣਾ ਉਹਦੀ ਸ਼ਾਨ ਦੇ ਖਿਲਾਫ ਖੁਦ ਅੱਲਾਹ ਤਾਲਾ ਫਰਮਾਉਂਦੇ ਨੇ ਹਦੀਸ ਖੁਦ ਸੀ ਜਦੋਂ ਮੇਰਾ ਬੰਦਾ ਮੇਰੀ ਬਾਰਗਾਹ ਵਿੱਚ ਹੱਥ ਉਠਾਉਂਦਾ ਹੈ ਉਹਦੇ ਖਾਲੀ ਹੱਥ ਜਾਂਦਿਆਂ ਵੇਖ ਕੇ ਤਾਂ ਮੈਨੂੰ ਸ਼ਰਮ ਆਉਂਦੀ ਅਸੀਂ ਕਮਜ਼ੋਰ ਹਾਂ
ਉਹ ਤਾਕਤਵਰ ਹੈ। ਅਸੀਂ ਕੁਝ ਨਹੀਂ ਕਰ ਸਕਦੇ, ਉਹ ਸਭ ਕੁਝ ਕਰ ਸਕਦਾ ਹੈ। ਆਹ ਜਿਹੜਾ ਕਦਮ ਉਠਾਇਆ ਹੈ ਇਤਨਾ, ਇਹ ਵੀ ਉਹਦੀ ਤੌਫੀਕ ਅਤੇ ਉਹਦੀ ਇਨਾਇਤ ਹੈ। ਅਤੇ ਯਕੀਨ ਨੂੰ ਕਬੂਲ ਕਰੇਗਾ। ਅੱਲਾਹ ਦੀ ਜ਼ਾਤ ਫਰਮਾਉਂਦੇ ਨੇ, ਜਿਵੇਂ ਕੋਈ ਮੇਰੇ 'ਤੇ ਗੁਮਾਨ ਰੱਖਦਾ ਮੈਂ ਉਵੇਂ ਉਹਦੇ ਪੇਸ਼ ਆਉਂਦਾ। ਸਾਨੂੰ ਗੁਮਾਨ ਹੈ ਤੂੰ ਬੜਾ ਸਖੀ, ਤੂੰ ਬੜਾ ਗੈਰਤ ਵਾਲਾ, ਤੂੰ ਬੜਾ ਹੀ ਤਾਕਤਵਰ। ਅਸੀਂ ਕਮਜ਼ੋਰ ਹਾਂ, ਅਸੀਂ ਗੁਨਾਹਗਾਰ ਹਾਂ, ਅਸੀਂ ਆਪਣਾ ਕੰਮ ਛੱਡਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਨਹੀਂ ਛੁੱਟਦਾ, ਗੁਨਾਹਗਾਰ ਹਾਂ। ਤੂੰ ਤਾਂ ਬਖਸ਼ਣ ਆ ਰਿਹਾ। ਜਿਸ ਵਕਤ ਵੀ ਅੱਲਾਹ ਦੇ ਅੱਗੇ ਬੰਦਾ ਤੌਬਾ ਕਰਦਾ ਹੈ, ਉਸ ਦੇ ਕਿਸੇ ਕੋਲੋਂ ਪੁੱਛਣਾ ਮੈਨੂੰ ਬਖਸ਼ਾਂ ਕਿ ਨਾ ਬਖਸ਼ਾਂ, ਇਹ ਤਾਂ ਬੜਾ ਗੁਨਾਹਗਾਰ ਹੈ, ਬੜਾ ਗੰਦਾ ਹੈ, ਉਹਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਹੀ ਨਹੀਂ। ਕੋਸ਼ਿਸ਼ ਕੀਤੀ ਕਰ ਰੋਵਣ ਦੀ ਆਪਣਿਆਂ ਗੁਨਾਹ, ਜੇ ਨਾ ਰੋ ਸਕੇ ਤਾਂ ਰੋਵਣ ਵਾਲਾ ਮੂੰਹ ਬਣਾ ਲਾ। ਜਿਵੇਂ ਮਾਂ ਕੋਲ ਮੰਗਣਾ ਹੈ ਨਾ, ਅਤੇ ਉਹ ਕੋਈ ਦੇਰ ਕਰਦੀ ਹੈ ਤਾਂ ਤੂੰ ਐਵੇਂ ਸ਼ਕਲ ਬਣਾ ਲੈ ਨਾ ਰੋਵਣ ਵਾਲੀ, ਰੋਂਦਾ ਨਾ ਕੋਨਾ। ਅੱਜ ਵੀ ਕਿਸੇ ਬੱਚੇ ਨੂੰ ਵੇਖ ਲੈਣ ਤਾਂ ਮਾਂ ਮੁੜ ਤੜਫ ਜਾਂਦੀ, ਅਤੇ ਜਿਹੜਾ ਮਾਂ ਨਾਲ 70 ਗੁਣਾ ਜ਼ਿਆਦਾ ਮਿਹਰਬਾਨ, ਉਹਦੇ ਅੱਗੇ ਅਸੀਂ ਅਰਜ਼ ਕਰਦੇ ਹਾਂ। ਜ਼ਿਆਦਾ ਦੇਰ ਤਕਰੀਰ ਮਹਿਫਲ ਨਹੀਂ ਚੱਲੇਗੀ, ਧੁੰਦ ਬੜੀ ਹੁੰਦੀ ਪਈ ਹੈ ਅਤੇ ਪੈ ਗਈ, ਅਤੇ ਦੁਆ ਕਰਾਂਗੇ ਜਿਤਨੇ ਵੀ ਕੋਈ ਮੁਸ਼ਕਲਾਂ ਵਿੱਚ ਨੇ, ਪਰੇਸ਼ਾਨੀਆਂ ਵਿੱਚ ਨੇ, ਜਿਹੜੇ ਦੋਸਤ ਇੱਥੇ ਆਏ ਨੇ ਖਾਸ ਕਰਕੇ ਉਹਨਾਂ ਵਾਸਤੇ ਦੁਆ ਹੈ ਕਿ ਅੱਲਾ ਦੀ ਜ਼ਾਤ ਉਹਨਾਂ ਦੀਆਂ ਹਰ ਪਰੇਸ਼ਾਨੀਆਂ ਦੂਰ ਕਰੇ, ਮੁਸ਼ਕਲਾਂ ਆਸਾਨ ਕਰੇ, ਉਹਨਾਂ ਦੇ ਕਾਰੋਬਾਰ 'ਚ ਬਰਕਤ ਹੋਵੇ। ਇਹ ਅੱਲਾ, ਕਈ ਪਰੇਸ਼ਾਨੀਆਂ ਇਹੋ ਜਿਹੀਆਂ ਆਉਂਦੀਆਂ ਨੇ ਬੰਦਾ ਮਾਂ ਪਿਓ ਨੂੰ ਵੀ ਨਹੀਂ ਦੱਸ ਸਕਦਾ, ਤੈਨੂੰ ਤਾਂ ਪਤਾ ਹੈ। ਇੱਜ਼ਤ ਨਫਸ ਵੀ ਕਸ਼ਾ ਹੁੰਦੀ ਹੈ, ਉਹ ਬੰਦਾ ਚਾਹੁੰਦਾ ਹੈ ਮੇਰਾ ਪੋਲ ਨਾ ਖੁੱਲ੍ਹੇ, ਮੇਰੀ ਬਿਰਾਦਰੀ ਨੂੰ ਪਤਾ ਨਾ ਲੱਗੇ, ਦੁਨੀਆ ਨੂੰ ਪਤਾ ਨਾ ਲੱਗੇ, ਲੇਕਿਨ ਤੇਰੇ ਅੱਗੇ ਤੋਂ ਦੱਸ ਦਿੰਦਾ ਹੈ, ਅਰਜ਼ਾਂ ਵੀ ਕਰਦਾ ਹੈ। ਅਸੀਂ ਸਾਰੇ ਰਲ ਕੇ ਦੁਆ ਵੀ ਕਰਦੇ ਹਾਂ। ਪਹਿਲੇ ਜ਼ਿਕਰ ਸਿੱਖ ਲਓ, ਨਵੇਂ ਬੰਦੇ ਕਈ ਆਏ ਹੁੰਦੇ ਨੇ ਇੱਥੇ, ਖੱਬੇ ਪਾਸੇ ਲਤੀਫਾ ਕਲਬ ਹੁੰਦਾ ਜਿਹਨੂੰ ਆਪਾਂ ਦਿਲ ਆਖਦੇ ਹਾਂ। ਆਪਣੇ ਦਿਲ ਦੇ ਉੱਤੇ ਖਿਆਲ ਰੱਖਣਾ, ਉਂਗਲ ਨਹੀਂ ਰੱਖਣੀ। ਜਿਸ ਤਰ੍ਹਾਂ ਪਿਆਸ ਲੱਗੀ ਹੋਵੇ ਤਾਂ ਜ਼ਬਾਨ ਨਾਲ ਬੰਦਾ ਪਾਣੀ 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 ਨਹੀਂ ਆਖਦਾ, ਲੇਕਿਨ ਖਿਆਲ ਪਾਣੀ ਵੱਲ। ਜਦੋਂ ਖਿਆਲ ਪਾਣੀ ਵੱਲ ਹੁੰਦਾ, ਇੰਝ ਜ਼ਿਕਰ ਵਾਲੇ ਖਿਆਲ ਹੋਵੇ, ਮੂੰਹ ਨਾਲ ਨਾ ਬੋਲੋ, ਗਿਣਤੀ ਕਰ ਸਕਦੇ ਹੋ ਨਾ, ਉੱਚਾ ਨਾ ਵੀ ਬੋਲੋ ਜ਼ਿਹਨ ਵਿੱਚ, ਇੱਕ ਦੋ ਤਿੰਨ ਚਾਰ ਪੰਜ ਛੇ, ਇੱਥੇ ਬੈਠੇ ਹੋ, ਘਰ ਦੀਆਂ ਸੋਚਾਂ ਆਉਂਦੀਆਂ ਪਈਆਂ ਨੇ ਨਾ, ਲੇਕਿਨ ਜ਼ਬਾਨ ਨਾਲ ਜ਼ਿਕਰ ਨਹੀਂ ਕਰ ਰਹੇ ਹੋ। ਜਿਹੜਾ ਵੀ ਕਿਸੇ ਸਤਾਇਆ ਹੈ, ਕਿਸੇ ਜ਼ੁਲਮ ਕੀਤਾ, ਜ਼ਿਆਦਤੀ ਕੀਤੀ,
ਜ਼ਬਾਨ ਤਾਂ ਜ਼ਿਕਰ ਕੋਈ ਨਹੀਂ, ਲੇਕਿਨ ਜ਼ਿਹਨ ਵਿੱਚ ਉਹ ਘੁੰਮਦਾ ਪਿਆ। ਬਸ ਕੀ ਉਹ ਤਰੀਕਾ ਹੈ? ਇੰਝ ਹੀ ਉਹ ਚੀਜ਼ ਜ਼ਿਕਰ ਜਿਹੜਾ ਤੇਰੇ ਦਿਲ ਵਿੱਚ ਘੁੰਮਦਾ ਰਹੇ, ਪਰੇਸ਼ਾਨੀਆਂ ਦਾ ਖਿਆਲ ਨਾ ਕਰ। ਕਈ ਬੰਦਿਆਂ ਦੇ ਨੇ ਜੀ, ਮੈਂ ਤਾਂ ਕਈ ਵਾਰਾਂ ਜ਼ਿਕਰ ਸਿੱਖਿਆ ਹੈ। ਹੁਣ ਅੱਲਾ ਦਾ ਕਲਾਮ ਸੱਚਾ ਹੈ ਕਿ ਉਸ ਬੰਦੇ ਦੀ ਗੱਲ ਸੱਚੀ? ਅੱਲਾ ਤਾਲਾ ਫਰਮਾਉਂਦੇ ਨੇ, ਅਲਾ ਬਿਜ਼ਿਕਰਿੱਲਾ ਹੈ ਤਤਮਾਇਨੁਲ ਕੁਲੂਬ, ਦਿਲੋਂ ਕਾ ਸਕੂਨ ਅੱਲਾ ਹੀ ਕੇ ਜ਼ਿਕਰ ਮੇਂ ਹੈ। ਜੋ ਮੇਰਾ ਜ਼ਿਕਰ ਕਰਤਾ ਹੈ, ਮੈਂ ਉਸਕੋ ਮੰਗਣੇ ਵਾਲੋਂ ਸੇ ਜ਼ਿਆਦਾ ਦੇਤਾ ਹੂੰ। ਇਹ ਅੱਲਾ ਦਾ ਕਲਾਮ, ਹਾਲਾਂਕਿ ਅਸੀਂ ਨਕਲ ਕਰਨੇ ਹਾਂ, ਨਕਲ ਤੂੰ ਖੁਦਾ ਅਸਲ ਕਰ ਦੇਵੇਗਾ। ਇਹ ਰਸਤਾ ਛੱਡੀ ਨਾ, ਆਉਣਾ ਜਾਣਾ ਰੱਖ, ਆਉਂਦੇ ਜਾਂਦੇ ਰਹੋ। ਕਦੇ ਤਾਂ ਪੁੱਛੇ ਗੰਨੇ ਕੌਣ ਹੈ, ਆਪਾਂ ਜੇ ਕਿਸੇ ਦੇ ਬੂਹੇ 'ਤੇ ਜਾਵੀਏ, ਰੋਜ਼ ਮਹੀਨੇ ਪਿੱਛੋਂ ਅੱਠਾਂ ਦਿਨਾਂ ਪਿੱਛੋਂ ਜਾਂਦੇ ਰਹੇ, ਉਹ ਮੁੜ ਪੁੱਛੇਗਾ ਤਾਂ ਸਹੀ ਤੂੰ ਹੈ ਕੌਣ? ਮੈਂ ਜੀ ਉਹ ਦੁਖੀ ਇਨਸਾਨ ਜਿਹਨੂੰ ਦੁਨੀਆਂ ਵਿੱਚ ਕਿਸੇ ਵੀ ਨਹੀਂ ਚੱਲਿਆ। ਆਪਣੇ ਬੇਗਾਨੇ ਹੋ ਜਾਂਦੇ ਨੇ, ਆਪਣੇ ਪਰਾਏ ਹੋ ਜਾਂਦੇ ਨੇ। ਅੱਲਾ ਦੀ ਜ਼ਾਤ ਸੁਣਨੇ, ਤੂੰ ਕਿਉਂ ਮਾਯੂਸ ਹੋਣਾ? ਤੂੰ ਜੋ ਉਹਦੇ ਦੌੜਦਾ ਫਿਰਨਾ ਹੈ ਮੇਰੇ ਲਿਆ, ਤੈਨੂੰ ਕੋਈ ਨਹੀਂ ਪਤਾ ਵੀ ਮੈਂ ਤੇਰਾ ਅੱਲਾ ਹਾਂ, ਲੇਕਿਨ ਮੈਨੂੰ ਪਤਾ ਤੂੰ ਮੇਰਾ ਬੰਦਾ ਹੀ। ਕਿਉਂ ਠੋਕਰਾਂ ਖਾਂਦੇ, ਕਿਉਂ ਗੈਰਾਂ ਦੇ ਦਰਦ ਜਾਂਦੇ, ਗਲਤ ਕੰਮ ਕਿਉਂ ਕਰਨਾ? ਤਾਂ ਹੀ ਹੁੰਦੇ ਨੇ ਜਦੋਂ ਬੰਦਾ ਸੜਕ ਛੱਡ ਕੇ ਵਾਹਣ 'ਚ ਪੈ ਜਾਂਦਾ ਤਾਂ ਔਖਾ ਤਾਂ ਹੁੰਦਾ। ਸਰੀਰ ਦਾ ਰਸਤਾ ਨਾ ਛੱਡੋ, ਨੇਕ ਬੰਦਿਆਂ ਦੀ ਸੋਭਤ ਨਾ ਛੱਡੋ, ਆਉਣਾ ਜਾਣਾ ਰੱਖੋ। ਆਪ ਇਹੋ ਜਿਹਾ ਨੇਕ ਬਣ ਕਿ ਤੇਰੀ ਸੋਭਤ ਤੋਂ ਲੋਕਾਂ ਨੂੰ ਫਾਇਦਾ ਹੋਣ ਲੱਗ ਪਵੇ। ਇਨਸ਼ਾਅੱਲਾ ਤਾਲਾ ਕਈ ਹਦੀਸਾਂ ਦੇ ਕਈ ਚੀਜ਼ਾਂ ਨੇ ਸਾਡੇ ਫਕੀਰਾਂ ਵਿੱਚੋਂ ਨਜ਼ਰ ਆਉਂਦੀਆਂ ਨੇ, ਜਿਹੜੀਆਂ ਹਦੀਸ ਨਾਲ ਸਾਬਤ ਨੇ। ਉਹਨਾਂ ਦੇ ਕੋਲ ਬਹੋ ਤਾਂ ਦੁਨੀਆਂ ਦੇ ਖਿਆਲ ਮਿਟ ਜਾਂਦੇ ਨੇ। ਇਹ ਅੱਲਾ ਵਾਲਿਆਂ ਦੀ ਸ਼ਾਨ। ਇਹ ਹੁਣ ਫਕੀਰਾਂ ਕੋਲ ਬਹੀਏ ਨਾ, ਤਾਂ ਉਹ ਪੀਰਾਂ ਦੀ ਗੱਲਾਂ ਕਰਦੇ ਪਏ ਹੁੰਦੇ ਨੇ, ਨਾ ਤਾਂ ਸੁਣਾ ਮਨਕ ਤਾਂ ਸੁਣਾ ਮਹਾਰਾਜ ਤੇ ਹਾਜੀ ਸਾਹਿਬ ਸੁਣਾਉਂਦੇ ਪਏ ਸਨ ਕਿਤਾਬੀ ਵਾਕਿਆ ਫਾਲਜ ਦਾ। ਮੈਨੂੰ ਫਾਲਜ ਪਿਆ, ਮੈਂ ਤੁਹਾਡੇ ਸਾਹਮਣੇ ਬੈਠਾ। ਮੇਰਾ ਪੀਰ ਕਨੇਡਾ ਵਿੱਚੋਂ ਰੈਂਚ ਉੱਥੋਂ ਹੀ ਲਈ ਆਇਆ, ਆਣ ਕੇ ਮੇਰੀ ਲੱਤ ਨੂੰ ਭਾਗ ਸਿੱਧਿਆਂ ਕਰ ਗਿਆ। ਮੈਂ ਪਰਸੋਂ ਚੌਥ ਗੱਲ ਹੋਈ, ਮੈਨੂੰ ਦੱਸਿਆ ਗਿਆ ਮੱਖਾ ਜੀ ਤੁਸੀਂ ਲੱਤ ਮੇਰੀ ਅੱਲਾ ਦੇ ਫਜ਼ਲ ਨਾਲ ਸਹੀ ਕਰ ਛੱਡੀ, ਕਮਜ਼ੋਰੀ ਹੈ ਮੈਨੂੰ ਮਲੂਮ ਹੁੰਦਾ ਕਿ ਫਾਲਜ ਠੀਕ ਹੋ ਗਿਆ। ਪੀਰ ਫਜ਼ਲ ਅਲੀ ਕੁਰੈਸ਼ੀ ਰਹਿਮਤੁੱਲਾ ਲੈ ਕਿਸੇ ਫਕੀਰ ਨੂੰ ਦੱਸਿਆ ਵਜ਼ੀਫਾ, ਫਰਮਾਇਆ ਹਾ ਵੀ ਅਗਾਂਹ ਨਾ ਦੱਸੀ, 100 ਰੁਪਈਆ ਨਿਕਲਿਆ ਕਰੇਗਾ ਤੇਰੀ ਮੁਸੱਲੇ ਹੇਠੋਂ, ਅਗਾਂਹ ਦੱਸਣਾ ਨਹੀਂ ਕਿਸੇ ਨੇ। ਉਹ ਵਜ਼ੀਫਾ ਕਰਦਾ ਰਿਹਾ, ਮੁਸੱਲੇ ਦੇ ਹੇਠੋਂ 100 ਰੁਪਈਆ ਨਿਕਲਿਆ ਕਰੇ। ਉਹਦੀ ਬੀਵੀ ਆਖਿਆ ਕਰਮ ਵਾਲਿਆ ਮੈਨੂੰ ਤਾਂ ਦੱਸ, ਖੈੜੇ ਪੈ ਗਏ ਉਸਦਾ ਛੱਡਿਆ, 100 ਬੰਦ ਹੋ ਗਿਆ,
ਉਹ ਫਕੀਰ ਜਾ ਕੇ ਆਉਂਦਾ ਹਜ਼ਰਤ ਸਾਹਿਬ, ਉਹ ਵਜ਼ੀਫਾ ਦੋ ਚਾਰ ਦਿਨ ਨਿਕਲਿਆ, ਮੁਰ ਬੰਦ ਹੋ ਗਿਆ, ਅੱਗੇ ਕਿਸੇ ਨੂੰ ਦੱਸ ਬੈਠਾ ਹੋਵੇਗਾ ਉਹ ਜੋ ਤੁਹਾਡਾ ਵਜ਼ੀਫਾ ਮੇਰੀ ਬੀਵੀ ਨਾਲ ਵੀ ਕਮਜ਼ੋਰ ਆ, ਮੈਂ ਬੀਵੀ ਨੂੰ ਦੱਸਿਆ, ਮੈਂ ਤਾਂ ਹੀ ਗੱਲ ਕੀਤੀ ਵੀ ਸੱਜਣ ਸਿੰਘ ਸੁਣ ਲਵੇ, ਮੈਂ ਦੱਸ ਬੈਠਾ ਤਕੜਾ ਰੈਂ 'ਚ ਲੈ ਕੇ ਆਇਓ ਨਾ ਦੋਸਤੋ। ਕਾਮਲਾਂ ਵਿੱਚ ਕੋਈ ਕਮੀ ਨਹੀਂ, ਸਾਡੇ ਵਿੱਚ ਕਮੀਆਂ, ਡਿੱਗਨੇ ਆ ਉਹ ਪਕੜ ਕੇ ਉਠਾਉਂਦੇ ਨੇ, ਬੁੱਲਨੇ ਆ ਉਹ ਕੰਨ ਤੋਂ ਪਕੜ ਕੇ ਰਸਤਾ ਦੱਸਦੇ ਨੇ, ਸਾਡੀ ਤਾਕਤ ਤੋਂ ਵੱਧ ਚੀਜ਼ਾਂ ਆ ਜਾਂਦੀਆਂ, ਇਹਨੂੰ ਮਹਿਸੂਸ ਹੀ ਨਹੀਂ ਹੋਣ ਦਿੰਦੇ। ਕੋਈ ਦੀਵਾਰ ਅੱਗੋਂ ਬਣਦੀ ਹੈ ਨਾ, ਉਹ ਫਕੀਰ ਨੂੰ ਮਹਿਸੂਸ ਵੀ ਨਹੀਂ ਹੋਣ ਦਿੰਦੇ। ਹੁਣ ਮੈਨੂੰ ਕੋਈ ਕੰਮ ਆਇਆ ਅਤੇ ਮੈਂ ਫਕੀਰਾਂ ਨੂੰ ਆਖਿਆ ਯਾਰ ਦੁਆ ਕਰੋ, ਫਕੀਰਾਂ ਨੇ ਉਹਨੂੰ ਕੀ ਆਖਿਆ, ਆਪੇ ਤਾਂ ਆਖਿਆ ਹੈ, ਕਿਸੇ ਮਦਾਨ ਦੇ ਅੰਦਰ ਡੋਲਣ ਨਹੀਂ ਦਿੰਦੇ, ਨਾ ਘਬਰਾਓ ਫਕੀਰੋ ਧੋਖਾ ਨਹੀਂ ਦਿੰਦੇ। ਮੈਂ ਆਖਿਆ ਪੜ੍ਹਿਆ ਤਾਂ ਮੈਂ ਹੀ ਆ, ਮੈਂ ਆਪ ਹੀ ਭੁੱਲ ਗਿਆ, ਫਿਰ ਮੈਂ ਦਿਨ ਰਾਤੀ ਹੀ ਪੜ੍ਹਦਾ ਗਾ, ਉਹ ਵਾਕਿਆ ਮੇਰਾ ਕੰਮ ਹੋ ਗਿਆ। ਇਹੋ ਜਿਹੇ ਵਜ਼ੀਫੇ ਨੇ, ਅੱਲਾ ਸੁਣਦਾ ਸਾਰੀਆਂ, ਅੱਲਾ ਤੱਕ ਸਾਡੀ ਰਸਾਈ ਨਹੀਂ, ਸਰਕਾਰ ਮਦੀਨਾ ਸੁਣਦੇ ਨੇ, ਸਾਡੀ ਰਸਾਈ ਨਹੀਂ, ਸਾਡੀ ਰਸਾਈ ਆਪਣੇ ਪੀਰ ਤੱਕ, ਸਾਡੇ ਪੀਰ ਦੀ ਰਸਾਈ ਹੈ ਅਗਾਂਹ ਸਰਕਾਰ ਮਦੀਨਾ ਤੱਕ ਅਤੇ ਅੱਲਾ ਦੀ ਜ਼ਾਤ ਤੱਕ। ਜੁਨੈਦ ਬਗਦਾਦੀ ਰਹਿਮਤੁੱਲਾ ਲੈ ਕੋਲ ਕੋਈ ਬੰਦਾ ਗਿਆ, ਦਰਿਆ 'ਤੇ ਬੈਠਿਆ, ਬੇੜੀ ਵਾਲਾ ਚਲਾ ਗਿਆ, ਉਹ ਬੜਾ ਪਰੇਸ਼ਾਨ ਹੋ ਗਿਆ। ਜੁਨੈਦ ਬਗਦਾਦੀ ਨੇ ਪੁੱਛਿਆ ਕੀ ਗੱਲ ਹੈ, ਪਰੇਸ਼ਾਨ ਹੈ? ਆਖੇ ਜੀ ਪਾਰ ਜਾਣਾ ਹਾ, ਬੇੜੀ ਵਾਲਾ ਹੁਣ ਚਲਾ ਗਿਆ। ਆ ਫਰਮਾਇਆ ਮੈਂ ਤੈਨੂੰ ਪਾਰ ਲੈ ਜਾਂਦਾ। ਕਿਵੇਂ ਲਿਜਾਓਗੇ, ਬੇੜੀ ਤਾਂ ਸਾਡੇ ਕੋਲ ਕੋਈ ਨਹੀਂ। ਆ ਫਰਮਾਇਆ ਤੂੰ ਪਾਰ ਹੀ ਜਾਣਾ, ਤੈਨੂੰ ਮੈਂ ਵਜ਼ੀਫਾ ਦੱਸਣਾ, ਮੇਰੇ ਮੁਸੱਲੇ 'ਤੇ ਬਹਿ ਜਾ। ਮੁਸੱਲਾ ਪਾਣੀ ਵਿੱਚ ਸੱਟਿਆ, ਮੁਸੱਲਾ ਉੱਡਿਆ ਕੋਈ ਨਹੀਂ, ਜੁਨੈਦ ਦੇ ਲਾਗੇ ਅੱਗੇ ਬਹਿ ਗਏ, ਉਹਨਾਂ ਦਾ ਮੇਰੇ ਮਗਰ ਬਹਿ ਗਿਆ ਮੁਸੱਲੇ ਦੇ ਉੱਤੇ। ਪੜ੍ਹਦਾ ਵੀ ਯਾ ਜੁਨੈਦ ਯਾ ਜੁਨੈਦ ਪੜ੍ਹਦਾ ਰਿਹਾ, ਆਪ ਬਜ਼ੁਰਗ ਹੀ ਪੜ੍ਹਦਾ ਜਾਂਦਾ, ਯਾ ਅੱਲਾ ਯਾ ਅੱਲਾ। ਉਹ ਕਾਫੀ ਦੂਰ ਤੱਕ ਗਿਆ, ਸੋਚਦਾ ਮੈਨੂੰ ਇਹਨੇ ਆਪਣਾ ਨਾਂ ਜਪਣ 'ਤੇ ਲਾ ਛੱਡਿਆ, ਆਪ ਅੱਲਾ ਅੱਲਾ ਕਰਦਾ ਜਾਂਦਾ, ਮੰਮੀ ਅੱਲਾ ਅੱਲਾ ਨਾ ਕਰਾਂ, ਉਹ ਅਸੀਂ ਅੱਲਾ ਅੱਲਾ ਕੀਤਾ ਉਸਨੂੰ ਅਤੇ ਉਹਨੂੰ ਗੋਤੇ ਆਉਣਾ ਛੇਤੀ ਨਾਂ ਦਾ, ਯਾ ਜੁਨੈਦ ਯਾ ਜੁਨੈਦ ਯਾ ਜੁਨੈਦ। ਬਾਹਰ ਨਿਕਲ ਕੇ ਪੁੱਛਦਾ, ਯਾ ਹਜ਼ਰਤ ਤੁਹਾਡੀ ਤਾਕਤ ਅੱਲਾ ਨਾਲੋਂ ਜ਼ਿਆਦਾ? ਆਪਣੇ ਫਰਮਾਇਆ ਨਹੀਂ, ਅੱਲਾ ਤਾਂ ਅੱਲਾ, ਨਬੀ ਨਬੀ, ਸਵਾਬੀ ਸਵਾਬੀ, ਵਲੀ ਵਲੀ। ਯਾ ਹਜ਼ਰਤ ਮੈਂ ਤੁਹਾਡਾ ਨਾਂ ਲੈਂਦਾ ਆਇਆ ਨਾ ਤਾਂ ਮੈਂ ਤਰਦਾ ਆਇਆ, ਜਿਸ ਮੈਂ ਅੱਲਾ ਦਾ ਨਾਂ ਲਿਆ ਤਾਂ ਮੈਂ ਤਾਂ ਡੁੱਬਣ ਲੱਗ। ਆਪਨੇ ਫਰਮਾਇਆ 10-12-100 ਡੰਡਾ ਛੱਡ ਕੇ ਤੂੰ ਤੇਰੇ ਨੂੰ ਹੱਥ ਪਾਵੇਂ ਫਿਰ ਡਿੱਗਣਾ ਹੀ ਹੈ, ਉਹ ਡੰਡੇ ਪਕੜ
ਜਿਹੜਾ ਤੇਰੇ ਨੇੜੇ, ਇਹ ਉਸੇ ਪੌੜੀ ਨਾਲ ਹੀ ਹੈ ਨਾ, ਤੇਰੀ ਰਸਾਈ ਹੈ ਜੇ ਜੁਨੈਦ ਤੱਕ ਹੋਈ ਹੈ ਹੁਣ, ਜੁਨੈਦ ਨੂੰ ਪੁਕਾਰਿਆ ਕਰ, ਜੁਨੈਦ ਤੈਨੂੰ ਅਗਾਂਹ ਲੈ ਜਾਵੇਗਾ ਅੱਲਾਹ ਤਾਲਾ। ਪੀਰ ਕਿਉਂ ਪਕੜਿਆ ਜਾਂਦਾ? ਸਾਰੇ ਤੁਸੀਂ ਜਾਣਦੇ ਹੋ, ਮੈਂ ਬਾਬੀਆਂ ਦੇ ਪਿੰਡਾਂ 'ਚ ਇਹ ਗੱਲ ਜਾ ਕੇ ਕਰਨਾ। ਹੁਣ ਮੇਰੇ ਇਲਾਕੇ ਦਾ ਮੁਬਸ਼ਰ ਮੇਰੇ ਨਾਲ ਗਿਆ, ਮੈਂ ਪਿੰਡ ਵੀ ਖਾ ਆਇਆ, ਮੈਂ ਕਿਹਾ ਸਾਰਾ ਪਿੰਡ ਬਾਬੀਆਂ ਦਾ, ਪਤਾ ਨਹੀਂ ਕਿਤਨਾ ਦਿਨ ਦੇ ਮੈਨੂੰ ਫੋਨ ਕਰਦੇ ਪਏ ਸਾਡੇ ਪਿੰਡ ਆਣ ਕੇ, ਜਾਂ ਜੁਮਾ ਪੜਾ ਵੀ ਆ ਪੁੱਜਲ ਸਾਡੇ, ਜਿਹੜਾ ਸੌਦਾ ਸੱਚਾ ਹੁੰਦਾ ਨਾ, ਮੇਰੇ ਪੀਰ ਨੇ ਸੌਦਾ ਮੈਨੂੰ ਸੱਚਾ ਦਿੱਤਾ ਹੈ। ਇਹ ਹਾਜੀ ਸਾਹਿਬ ਗਵਾਹ ਨੇ, ਇੱਥੇ ਇੱਕ ਬਾਬੀ ਹੈ ਇਹਦੇ ਕੋਲ ਬੈਠਾ, ਅਤੇ ਇਸ ਆਖਿਆ ਹਾਜੀ ਸਾਹਿਬ ਨੇ ਫਰਮਾਇਆ, ਆਏ ਜੀ ਹੈ ਇਹ ਹਦੀਸ, ਇਸ ਤੁਹਾਡੀ ਕੇਸਟ ਸੁਣੀ ਹੈ ਅਤੇ ਤੁਹਾਡਾ ਬੜਾ ਅਕੀਦਤ ਮੰਨ। ਉਸ ਆਖਿਆ ਸੁਣੀ ਹੈ ਨਹੀਂ, ਮੈਂ ਰੋਜ਼ ਸੁਣਨਾ, ਮੇਰੀਆਂ ਧੀਆਂ ਸੁਣਦੀਆਂ ਨੇ, ਮੇਰੀਆਂ ਨੂੰਹਾਂ ਸੁਣਦੀਆਂ ਨੇ, ਮੇਰੀ ਗੁਜ਼ਾਰਿਸ਼ ਹੈ ਕਿ ਜਦੋਂ ਅਦਰ ਸਾਹਿਬ ਇੱਥੇ ਆਵਣ ਅਤੇ ਮੇਰੇ ਘਰ ਆਇਆ ਕਰ, ਰਾਤ ਮੇਰੇ ਕੋਲ ਠਹਿਰ, ਹਕੀਕਤ ਛੁਪ ਨਹੀਂ ਸਕਦੀ, ਬਨਾਵਟ ਕੇ ਅਸੂਲੋਂ ਸੇ ਖੁਸ਼ਬੂ ਆ ਨਹੀਂ ਸਕਦੀ ਕਭੀ ਕਾਗਜ਼ ਕੇ ਫੁੱਲ। ਗੁਜਰਾਂਵਾਲੇ, ਹੁਣ ਤਾਂ ਮੇਰਾ ਮਹਾਨਾ ਪ੍ਰੋਗਰਾਮ ਸ਼ੁਰੂ ਹੋ ਗਿਆ, ਉੱਥੇ ਇੱਕ ਬਾਬੀ ਆਇਆ, ਉਹ ਆਣ ਕੇ ਬੈਠਾ ਜੀ, ਫਕੀਰ ਬੈਠੇ ਆਣ ਕੇ ਆਉਂਦਾ ਜੀ, ਮੈਂ 9 ਕੇਸਟਾਂ ਸੁਣੀਆਂ ਨੇ ਤੁਹਾਡੀਆਂ, ਵਿੱਚ ਕੋਈ ਗੱਲ ਵੀ ਕਾਬਲੇ ਇਤਰਾਜ਼ ਹੈ ਕੋਈ ਨਾ? ਮੈਂ ਕਿਹਾ ਅੱਲਾਹ ਦੇ ਬੰਦੇ ਆ, ਤੂੰ ਇਤਰਾਜ਼ ਹੀ ਲੱਭਦਾ ਰਹੇ, ਕੋਈ ਚੰਗੀ ਗੱਲ ਕੀਤੀ ਤੂੰ ਤਾਂ ਅਮਲ ਕਰ, ਪੀਰ ਨਾ ਪਕੜੋ, ਬੰਦਾ ਨਿਮਾਜ਼ੀ ਨਹੀਂ ਬਣ ਸਕਦਾ, ਦਾੜੀ ਨਹੀਂ ਰੱਖ ਸਕਦਾ। ਮੈਂ ਉਹਨਾਂ ਨੂੰ ਪੁੱਛਣਾ ਵੀ ਪੀਰ ਕਿਉਂ ਪਕੜਿਆ ਜਾਂਦਾ, ਤੁਹਾਨੂੰ ਸਮਝਾਉਂਦਾ ਪਿਆ ਇਹ ਪੀਰ ਦੇ ਬਗੈਰ, ਇਹ ਕਮਾਲ ਨਹੀਂ ਹੈ ਕਿ ਤੂੰ ਦਾੜੀ ਰੱਖ ਲੈ, ਇਹ ਪੀਰ ਦੇ ਬਗੈਰ ਵੀ ਬੰਦੇ ਰੱਖ ਲੈਂਦੇ ਨੇ, ਪੀਰ ਦੇ ਬਗੈਰ ਪਗੜੀਆਂ ਵੀ ਬਣ ਲੈਂਦੇ ਨੇ, ਪੀਰ ਦੇ ਬਗੈਰ ਆਲਮ ਵੀ ਬਣ ਜਾਂਦੇ ਨੇ, ਤਾਇਤਾਂ ਵੀ ਪੜ ਲੈਂਦੇ ਨੇ, ਪੀਰ ਉਹਨਾਂ ਕੋਲ ਵੀ ਪਕੜਿਆ। ਇਸ ਤੋਂ ਅਗਲਾ ਸਟੈਪ ਜਿਹੜਾ ਉਹ ਕਿਹੜਾ? ਗੁਨਾਹ ਨਹੀਂ ਛੁੱਟਦੇ ਪੀਰ ਦੇ ਬਗੈਰ। ਮੈਂ ਉਹਨਾਂ ਨੂੰ ਆਹਨਾ ਕੋਈ ਹੱਥ ਖੜਾ ਕਰੇ, ਦੌਰਾ ਹਦੀਸ ਵੀ ਕਰ ਲਵੋਗੇ ਏਡਾ ਮੁਸ਼ਕਲ ਕੋਈ ਨਹੀਂ, ਤਜਦ ਪੜ੍ਹ ਲਵੋਗੇ ਏਡਾ ਔਖਾ ਕੰਮ ਕੋਈ ਨਹੀਂ, ਗੁਨਾਹ ਤੋਂ ਬਚਣਾ ਔਖਾ ਕੰਮ, ਨੂੰ ਨਮਾਜ਼ਾਂ ਪੜ੍ਹਨਾ ਕੰਮ ਜ਼ਨਾਨਾ, ਨਮਾਜ਼ ਪੜ੍ਹ ਲਈ ਦੁੱਧ 'ਚ ਪਾਣੀ ਪਾ, ਨਮਾਜ਼ ਪੜ੍ਹ ਲਈ ਲੋਕਾਂ ਦਾ ਦਿਲ ਵੀ ਤੋੜਦਾ ਫਿਰਦਾ, ਲੋਕਾਂ ਨੂੰ ਗੁਨਾਹ 'ਤੇ ਖੁਦ ਉਕਸਾਉਂਦਾ ਫਿਰਦਾ। ਆਲਮ ਵੀ ਹੈ, ਹਾਜ਼ਰੀ ਵੀ ਕੀਤੇ ਹੋਏ ਸੀ, ਲੇਕਿਨ ਉਹ ਚੀਜ਼ ਉਹ ਪੁਰਦਾ ਤਾਂ ਨਹੀਂ ਖਤਮ ਹੁੰਦਾ। ਸਾਡੇ ਬਜ਼ੁਰਗ ਅੱਲਾਹ ਦਾ ਜ਼ਿਕਰ ਕਿਉਂ ਪਾਲੂ ਦੱਸਦੇ ਨੇ, ਹਾਲਾਂਕਿ ਦਰੂਦ ਸ਼ਰੀਫ ਦੀ ਬੜੀ ਸ਼ਾਨ ਹੈ, ਬੜੀ ਫਜ਼ੀਲਤ ਹੈ, ਲੇਕਿਨ ਜਿਹੜੇ ਮਾਹਿਰ ਨੇ ਨਾ ਤਰੀਕਤ ਦੇ, ਉਹ ਫਰਮਾਉਂਦੇ ਨੇ ਦਰੂਦ ਸ਼ਰੀਫ ਦੇਸੀ ਘਿਓ ਹੈ ਰੂਹ ਵਾਸਤੇ,
ਬੜੀ ਤਾਕਤ ਦਿੰਦੇ। ਉਂਝ ਬਿਮਾਰ ਬੰਦੇ ਨੂੰ ਦੇਸੀ ਘਿਓ ਦਿਓ, ਉਹਨੂੰ ਤਾਕਤ ਹੋਵੇਗੀ, ਹੋਰ ਬਿਮਾਰ ਹੋ ਜਾਵੇ। ਭੈਣੇ ਉਹ ਇਲਾਜ ਕਰਾਓ ਉਸ ਮਰੀਜ਼ ਦਾ, ਮੁੜ ਦੇਸੀ ਘਿਓ ਦੱਸੋ, ਮੁੜ ਫਾਇਦਾ ਹੁੰਦਾ। ਕਈ ਬੰਦੇ ਦਰੂਸ਼ੀ ਪੜ੍ਹਦੇ ਨੇ, ਮਾਸ਼ਾਅੱਲਾ ਚਿਹਰੇ 'ਤੇ ਵੀ ਨੂਰ ਆ ਜਾਂਦਾ, ਨੇਕ ਵੀ ਮਲੂਮ ਹੁੰਦੇ ਨੇ, ਪਰ ਉਹਨਾਂ ਕੋਲ ਪੁੱਛ ਲਓ ਵੀ ਨਫਸ ਤੇਰਾ ਕੰਟਰੋਲ ਕਿਤਨਾ ਹੈ। ਨਫਸ ਤਾਂ ਕੰਟਰੋਲ ਨਹੀਂ ਹੁੰਦਾ। ਇਹ ਅੱਲਾਹ ਦਾ ਜ਼ਿਕਰ ਹੈ ਜਿਹਦੇ ਨਾਲ ਇਨਸਾਨ ਦੇ ਨਫਸ ਨੂੰ ਜੁੱਤੀਆਂ ਪਾਉਂਦੀਆਂ ਨੇ। ਇਹ ਇਲਾਜ ਹੈ, ਜਿਸ ਇਲਾਜ ਹੋ ਜਾਵੇਗਾ ਨਾ, ਮੁੜ ਹਕੀਮ ਤੈਨੂੰ ਆਪੇ ਆਖੇਗਾ ਵੀ ਹੁਣ ਨਾ ਕੋਈ ਤਾਕਤ ਵਾਲੀਆਂ ਛਈ ਖਾ। ਬਿਮਾਰ ਬੰਦੇ ਨੂੰ ਆਉਂਦਾ ਹਕੀਮ, ਉਹ ਤੋਂ ਰੋਟੀ ਬੰਦ ਕਰ, ਦਲੀਆ ਖਾਣੇ, ਖਿਚੜੀ ਖਾਣੀ, ਉਹਨੂੰ ਪਤਾ ਹੈ ਤਾਕਤ ਵਾਲੀਆਂ ਚੀਜ਼ਾਂ ਤਾਂ ਹੋਰ ਵੀ ਹਨ। ਉਹ ਇਹ ਜਾਣਦਾ ਹੈ ਕਿ ਇਹਨੂੰ ਤਾਕਤ ਵਾਲੀਆਂ ਚੀਜ਼ਾਂ ਅਜੇ ਸੁਖਾਵਣਗੀਆਂ ਨਹੀਂ, ਇਹ ਮਜ਼ੀਦ ਬਿਮਾਰ ਹੋ ਜਾਵੇਗਾ। ਇਹ ਜ਼ਿਕਰ ਜਿਹੜਾ ਤੁਹਾਨੂੰ ਦੱਸਣਿਆ ਨਾ, ਇਹ ਇਲਾਜ ਹੈ। ਇਨਸ਼ਾਅੱਲਾ ਜ਼ਿਕਰ ਨਾਲ ਫਾਇਦਾ ਹੋਵੇਗਾ, ਜ਼ਿਕਰ ਕਰਿਆ ਕਰੋ। ਚੰਦ ਚੀਜ਼ਾਂ ਮੈਂ ਤੁਹਾਨੂੰ ਦੱਸਣਾ, ਮੈਂ ਬਜ਼ੁਰਗਾਂ ਕੋਲ ਸੁਣੀਆਂ ਨੇ, ਤੁਹਾਨੂੰ ਵੀ ਪਤਾ ਹੈ ਜੇ ਮੈਂ ਚਾਹੁੰਦੇ ਹੋ ਕਿ ਮੇਰਾ ਆਕਾ ਖੁਸ਼ ਹੋ ਜਾਵੇ। ਅਸਲ ਮਕਸਦ ਹੈ ਸਭ ਤੋਂ ਪਹਿਲੇ ਤਾਂ ਪੀਰ ਨਾਲ ਮੁਹੱਬਤ ਕਰੋ, ਦੂਏ ਨੰਬਰ 'ਤੇ ਆਪਣੀਆਂ ਬੀਵੀਆਂ ਨਾਲ ਚੰਗਾ ਸਲੂਕ ਕਰੋ। ਜਾਦੂ ਹੋ ਗਿਆ, ਉਹ ਹੋ ਗਿਆ, ਹੋ ਜਾਂਦਾ, ਪਰ ਜਾਦੂ ਵਿੱਚ ਇਤਨੀ ਤਾਕਤ ਹੁੰਦੀ, ਇਹ ਦੀਨ ਫੈਲਦਾ ਕਿ ਮੇਰੇ ਆਕਾ ਦੇ ਇਰਦ ਗਿਰਦ ਜਾਦੂਗਾਰੀਆਂ ਨੇ। ਜਾਦੂ ਹੋ ਜਾਂਦਾ, ਇਹਨੂੰ ਬਰਹੱਕ ਨਾ ਆਖੋ। ਕਈ ਆਉਂਦੇ ਨੇ ਜਾਦੂ ਬਰਹੱਕ ਹੈ, ਨਹੀਂ, ਅੱਲਾਹ ਦਾ ਕਲਾਮ ਬਰਹੱਕ। ਇਹਦੇ ਨਾਲ ਨੁਕਸਾਨ ਹੁੰਦਾ ਹਮੇਸ਼ਾ ਵਾਸਤੇ ਨਹੀਂ, ਚੰਦ ਦਿਨਾਂ ਬਾਅਦ ਆਪੇ ਵੀ ਦਫਾ ਹੋ ਜਾਂਦਾ, ਲੇਕਿਨ ਨੂਰੀ ਇਲਮ ਇਹਦੀ ਕਿਆ ਤਾਕਤ ਹੈ, ਨਾਲ ਸਵਾਬ ਵੀ ਨਾਲ ਫਾਇਦਾ ਵੀ। ਦਰੂਦ ਦਾ ਫਾਇਦਾ ਤਾਂ ਕੋਈ ਨਾ, ਜਾਦੂ ਦਾ ਫਾਇਦਾ ਤਾਂ ਕੋਈ ਨਾ, ਮੌਤ ਕੁਫਰ ਚ ਆਵੇਗੀ ਜਿਹੜਾ ਜਾਦੂ ਕਰਦਾ। ਜਾਦੂ ਵਾਲਿਆਂ ਕੋਲ ਨਾ ਜਾਓ, ਜਿੱਥੇ ਅੱਲਾ ਕੋਈ ਨਹੀਂ ਦੱਸੋ ਮੈਨੂੰ, ਮੈਂ ਤੁਹਾਨੂੰ ਦੱਸਾਂ ਵੀ ਇੱਥੇ ਹੈ, ਹਰ ਥਾਂ 'ਤੇ ਅੱਲਾ ਹੈ। MPਾਂ ਕੋਲ, MNA ਕੋਲ ਅਸੀਂ ਜਾਂਦੇ ਹਾਂ, ਇਹ ਸਾਡੇ ਇਮਾਨ ਦੀ ਕਮਜ਼ੋਰੀ ਨਹੀਂ। ਪੀਰ ਮਿੱਠਾ ਰਹਿਮਤੁੱਲਾਹ ਅਲੈਹ ਦੇ ਦੌਰ ਵਿੱਚ ਇੱਕ ਮਜ਼ਲੂਬ ਆ, ਉਹਦੇ ਕੋਲ ਲੋਕ ਜਾਂਦੇ ਹੁੰਦੇ ਹਨ ਦੁਆਵਾਂ ਕਰਾਂ, ਜਿਹੜੀ ਉਹ ਦੁਆ ਕਰਦਾ ਕਬੂਲ ਹੋ ਜਾਂਦੀ, ਉਹਨਾਂ ਦੀ ਦੁਆ ਮੁਸਤਜਾਬ ਹੁੰਦੀ। ਸਰਦੀ ਦਾ ਮੌਸਮ ਆ, ਗਰਮੀ ਦਾ ਮੌਸਮ ਆ, ਦੁਨੀਆ ਧੁੱਪ 'ਤੇ ਬੈਠੀ ਹੋਈ, ਉਹਨੂੰ ਉਠਾਉਣ ਕੋ ਨਾ ਜਾਵੇ ਵੀ ਜੇ ਇਹਦੇ ਮੂੰਹ 'ਚ ਬਦ ਦੁਆ ਨਿਕਲ ਗਈ ਮੁੜ ਕੰਮ ਬੈੜਾ ਬਣ ਜਾਵੇ। ਧੁੱਪ 'ਤੇ ਦੁਨੀਆ ਬੈਠੀ ਹੋਈ, ਪੀਰ ਮਿੱਠਾ ਰਹਿਮਤੁੱਲਾਹ ਲੈ ਪਿੱਛੋਂ ਆਇਆ ਤਾਂ ਉਹਨਾਂ ਕੋਈ ਅੰਗੂਰ ਖਰੀਦ ਲੈ, ਆਨੇ ਦੋ ਆਨੇ ਦਬਾਅ ਮਿਲ ਗਏ, ਉਹਨੂੰ ਆਪ ਅੰਦਰ ਚਲੇ ਗਏ ਜੌਂਪੜੀ ਵਿੱਚ, ਉਹ ਸੁੱਤਾ ਪਿਆ ਲੇਟਿਆ ਆਇਆ।
ਪੀਰ ਮਿੱਠਾ ਰਹਿਮਤ ਉੱਲਾਹ ਜਾ ਕੇ ਫਰਮਾਇਆ ਅੱਲਾਹ। ਉਹ ਉੱਠਿਆ ਵੇਖ ਕੇ ਤਾਂ ਬੜਾ ਹੱਸਿਆ, ਖੁਸ਼ ਹੋਇਆ। ਤੁਸੀਂ ਕਿਸੇ ਮਜ਼ਦੂਰ ਕੋਲ ਜਾਓਗੇ ਨਾ, ਇਨਸ਼ਾਅੱਲਾ ਕਦਰ ਕਰੇਗਾ। ਉਹ ਉੱਠਿਆ ਅਤੇ ਬਾਹਰ ਟੁਰ ਪਿਆ। ਪੀਰ ਮਿੱਠਾ ਰਹਿਮਤ ਉੱਲਾਹ ਲਏ ਅੰਗੂਰ ਪੇਸ਼ ਕੀਤੇ। ਉਹ ਅੰਗੂਰ ਖਾਵਣ ਲੱਗ ਪਿਆ, ਟੁਰਦਾ ਜਾਵੇ। ਪੀਰ ਮਿੱਠਾ ਦਿਲ ਵਿੱਚ ਸੋਚਿਆ ਕਿ ਹੁਣ ਮੇਰੇ ਨਾਰਾਜ਼ੀ ਹੋ ਗਿਆ ਹੈ ਅਤੇ ਮੈਂ ਆਪਣੀ ਗੱਲ ਕਰਾਂ। ਉਹ ਮਜਰੂਬ ਅੱਗੋਂ ਆਉਂਦਾ ਹੈ, ਜਿਹਦਾ ਆਪਣਾ ਪੀਰ ਬੇੜਾ ਹੋਵੇ ਉਸ ਧੂਲੇ ਕੋਲੋਂ ਕੀ ਲੈਣਾ। ਆਉਂਦਾ ਮੈਂ ਇਰਾਦਾ, ਪੀਰ ਮਿੱਠਾ ਸਿੰਘ ਫਰਮਾਉਂਦਾ ਨੇ ਮੈਂ ਇਰਾਦਾ ਬਦਲ ਲਿਆ, ਮੈਂ ਮਸਕੀਨਪੁਰ ਸ਼ਰੀਫ ਚਲਾ ਗਿਆ। ਅਸਰ ਦੇ ਟਾਈਮ ਪਹੁੰਚਿਆ, ਪੀਰ ਕੁਰੇਸ਼ੀ ਰਹਿਮਤੁੱਲਾ ਲੈ ਉੱਥੇ ਮਸੀਤੇ ਬੈਠਿਆ। ਜਾ ਕੇ ਮੈਂ ਮਿਲਿਆ, ਹਜ਼ਰਤ ਸਾਹਿਬ ਫਰਮਾਉਂਦੇ ਨੇ ਤੁਲੇ ਨੇ ਕੁਛ ਨਹੀਂ ਦੀਆ, ਸਾਡੇ ਪੀਰ ਹੋਏ ਬੈਰੀ ਬੇੜੇ ਜਹਾਜ਼ ਹੁਣ ਸਾਡੇ ਜਿੰਨਾ ਜ਼ੇਨ ਤੂੰ ਪਰਦਾ ਲਾਂਦਾ ਨਹੀਂ ਪਿਆ ਕਿ ਅਸੀਂ ਪਛਾਣ ਸਕੀਏ। ਥੋੜ੍ਹੀ ਜਿਹੀ ਦੇਰ ਹੋ ਗਈ ਨਾ, ਅਤੇ ਜੇ ਇਮਾਮ ਹੁਸੈਨ ਦਾ ਅਕੀਦਾ ਸਾਡੇ ਵਾਲਾ ਹੁੰਦਾ, ਸਾਡਾ ਤਾਂ ਪਾਣੀ ਵੀ ਬੰਦ ਹੋ ਗਿਆ, ਬੱਚੇ ਵੀ ਸ਼ਹੀਦ ਪਏ ਹੁੰਦੇ ਨੇ, ਕੋਈ ਥੋੜ੍ਹਾ ਜਿਹਾ ਵੀ ਮਲਾਲ ਨਹੀਂ ਆਇਆ ਦਿਲ 'ਚ। ਹਜ਼ਰਤ ਬਿਲਾਲ ਕੋਲਿਆਂ 'ਤੇ ਕਲਮਾ ਪੜ੍ਹਦੇ ਪੈਣ, ਕਾਫਰ ਤਾਨਾ ਮਾਰਦੇ ਪੈਣ, ਬੁਲਾ ਸੱਚੇ ਖੁਦਾ ਨੂੰ ਕਿੱਥੇ ਗਏ, ਆਪ ਨੇ ਛੱਡ ਦਿੱਤਾ ਖੁਦਾ ਨੂੰ। ਨਹੀਂ ਦੋਸਤ, ਇਨਸ਼ਾਅੱਲਾ ਜਦੋਂ ਅੱਲਾ ਮਿਲਦਾ ਹੈ ਫਕੀਰਾਂ 'ਚੋਂ ਮਿਲਦਾ ਹੈ, ਹਕੀਰਾਂ ਦਾ ਇਲਾਸਾ ਹਕੀਰਾਂ 'ਚੋਂ ਮਿਲਦਾ ਹੈ, ਛੱਡ ਦੇ ਅੰਬੀਰੀ ਅਤੇ ਲੱਭ ਲੈ ਫਕੀਰੀ, ਅੰਬੀਰੀ 'ਚ ਹੁੰਦੇ ਗਾਟਾ ਅਖੀਰੀ। ਥੋੜ੍ਹੀ ਜਿਹੀ ਗੱਲ ਤਾਂ ਮੈਂ ਵੀ ਸਮਝਾ ਸਕਦਾ, ਅਮੀਰ ਕੀ ਖਾਂਦਾ। ਮੈਂ ਕੰਨ ਰੱਖੀ ਬੈਠਾ ਵੀ ਸ਼ਾਇਦ ਕੋਈ ਆਖੇ ਸੋਨਾ ਖਾਂਦਾ, ਪਤਾ ਤੁਹਾਨੂੰ ਸੋਨਾ ਨਹੀਂ ਖਾਂਦੇ, ਗਰੀਬ ਕੀ ਖਾਂਦਾ। ਮੁੜੇ ਨੇ ਆਕੜਿਆ ਬੰਦਾ, ਅਮੀਰ ਆਕੜੇ ਹੀ ਹੁੰਦਾ। ਉਹ ਮੇਰੇ ਕੋਲ ਕਦੇ ਕੋਈ ਪੈਸੇ ਰੱਖ ਗਿਆ ਥੋੜ੍ਹੇ ਜਿਹੇ, ਮੈਂ ਕਦੇ ਸਲਾਹ ਦੇ ਨੂੰ ਆਖਾਂ ਯਾਰਿਆਂ ਨੂੰ ਲੈ ਜਾ ਇੱਥੋਂ, ਕਦੀ ਮੈਂ ਕਿਸੇ ਨੂੰ ਆਖਾਂ, ਅਖੀਰ ਮੈਂ ਉਹਨੂੰ ਆਖਾਂ ਵੀ ਯਾਰ ਮੈਂ ਜੰਗਲ 'ਚ ਬੈਠਾ। ਇਸਨੇ ਬੜਾ ਜਿਗਰ ਆਇਆ ਅਮੀਰਾਂ ਦਾ, ਉਹ ਬੱਲੇ ਨੂੰ ਬੈਂਕ ਬਣ ਗਏ ਨੇ, ਇਹ ਕਿਵੇਂ ਸੁਣਦੇ ਹੋਣਗੇ। ਇੱਕ ਫਕੀਰ ਆ ਸਿੰਧ ਪੰਜਾਬੀਏ, ਉਸ ਪੈਸੇ ਮੈਨੂੰ ਚੁੱਪਦਾ ਹੈ ਰਾਹ ਚੱਟੇ ਚੱਟ ਠੀਕ ਕੇ ਆਣ ਕੇ ਪੁੱਛੇ, ਹਜ਼ਰਤ ਸਾਹਿਬ ਪੈਸੇ ਕੋਲ ਹੀ ਨੇ, ਪੈਸੇ ਕੋਲ। ਮੈਂ ਆਖਿਆ ਯਾਰ ਕੋਲ ਹੀ ਨੇ ਕੀ ਕਰਾਉਣ ਦਾ, ਕਿੱਦਾਂ ਹੀ ਕਾਫਲਾ ਗਿਆ। ਇੱਕ ਬੰਦੇ ਕੋਲ ਪੈਸੇ ਆਣ, ਉਸ ਆਪਣੇ ਪੀਰ ਕੋਲ ਰੱਖ ਛੱਡੇ। ਉਹ ਪੀਰ ਨੇ ਜਾ ਕੇ ਉਹਦੇ ਕਿਸੇ ਬੂਟੀ ਵਿੱਚ ਰੱਖ ਨੱਪ ਛੱਡੇ। ਉਹ ਸਵੇਰੇ ਉੱਠਿਆ ਤਾਂ ਹਣ ਕੇ ਵੇਖਿਆ, ਪੀਰ ਜੀ ਪੈਸੇ ਕਿੱਥੇ ਨੇ। ਉਹ ਆਖਿਆ ਉਹ ਬੂਟੀ 'ਚ ਪਏ ਨੇ, ਕੱਢ ਲਾ। ਆਖਿਆ ਜੀ ਉੱਥੋਂ ਜੋ ਕੱਢ ਲੈਂਦਾ ਕੋਈ,
ਮੈਂ ਕਿਹਾ ਜੀ, ਇਹ ਮੈਂ ਵੀ ਸੋਚਦਾ ਰਹਿੰਦਾ ਤਾਂ ਮੈਨੂੰ ਨੀਂਦਰ ਕਿਵੇਂ ਆਉਣੀ ਹੈ। ਅੱਲਾ ਦਾ ਜ਼ਿਕਰ ਕਰਿਆ ਕਰ, ਇਹਦੇ ਵਿੱਚ ਸਕੂਨ ਹੈ। ਇਹ ਤਾਂ ਕਿਸੇ ਦੀ ਆ ਜਾਵੇ ਤਾਂ ਪਰੇਸ਼ਾਨ ਬੰਦਾ ਹੋ ਜਾਂਦਾ, ਆਪਣੀ ਵਾਲੇ ਕਿਵੇਂ ਸਕੂਨ ਚੁੰਮਣਗੇ। ਕੁਰਾਨ ਸੱਚਾ ਹੈ ਨਾ, ਅਲਾ ਬੇ ਜ਼ਿਕਰ ਅੱਲਾ ਹੈ ਤਾਂ ਤੁਮ ਇਹਨਾਂ ਨੂੰ ਖੁਲੋ। ਅਲਾ ਖਬਰਦਾਰ, ਮਤਾਂ ਸਮਝੇ, ਇਹ ਫੈਕਟਰੀਆਂ ਵਿੱਚ ਸਕੂਨ ਹੈ, ਕੋਠੀਆਂ ਵਿੱਚ ਸਕੂਨ ਹੈ, ਇਕਤਦਾਰ ਵਿੱਚ ਸਕੂਨ ਹੈ, ਨਹੀਂ। ਖਬਰਦਾਰ, ਬੇ ਜ਼ਿਕਰ ਅੱਲਾ ਹੈ ਤਾਂ ਤੁਮ ਇਹਨਾਂ ਨੂੰ ਖੁਲੋ, ਅੱਲਾ ਕੇ ਜ਼ਿਕਰ ਮੈਂ ਸਕੂਨ ਹੈ। ਦੇਖੋ ਦੋਸਤੋ, ਤੁਹਾਨੂੰ ਮੇਰਾ ਦਿਲੋਂ ਮੈਂ ਪਿਆਣਾ ਤੁਹਾਨੂੰ ਮੁਬਾਰਕ ਹੋਵੇ। ਕਈ ਬੰਦੇ ਆਪਣੇ ਕੰਮ 'ਤੇ ਨਹੀਂ ਗਏ ਹੋਣਗੇ ਇਸ ਦੁੰਦ 'ਚ। ਇਹ ਅੱਲਾ ਦਾ ਕਰਮ ਹੈ ਨਾ, ਅਤੇ ਤੁਸੀਂ ਆ ਗਏ। ਇੱਕ ਵਾਰੀ ਸਲਾਬ ਆਇਆ ਹੋਇਆ ਅਤੇ ਪੰਜਾਬ ਵਿੱਚੋਂ ਮੈਂ ਇਕੱਲਾ ਗਿਆ। ਪੀਰ ਸੋਹਣਾ ਸਿੰਘ ਰਹਿਮਤੁੱਲਾ ਨੇ ਫਰਮਾਇਆ ਹਾ, ਵੋ ਔਰਤ ਹੋ ਕਰ ਕੱਚੇ ਘੜੇ ਪਰ ਠਿਲ ਗਏ, ਤੈਰ ਗਏ। ਇਸ਼ਕ ਸੱਚਾ ਹੋਵੇ ਉਹਨੂੰ ਦੂਰ ਤਾਂ ਨਜ਼ਰ ਨਹੀਂ ਆਉਂਦੀ, ਉਹਨੂੰ ਸਰਦੀ ਤਾਂ ਨਜ਼ਰ ਨਹੀਂ ਆਉਂਦੀ। ਮੇਰਾ ਖਿਆਲ ਹੈ ਫੈਕਟਰੀ ਵਾਲਾ ਕੋਈ ਹੁਕ ਦੋ ਆਇਆ ਹੋਣਗੇ, ਉਹ ਵੀ ਦਰਵੇਸ਼ ਨੇ ਨਾ, ਦੁਨੀਆਦਾਰ ਨਹੀਂ ਹੈ। ਜ਼ਿਆਦਾ ਤਾਂ ਮਜ਼ਦੂਰ ਆਏ ਨੇ, ਸਾਰਾ ਦਿਨ ਮਜ਼ਦੂਰੀ ਕਰਦੇ ਨੇ, ਸਵੇਰੇ ਮੁੜ ਮਜ਼ਦੂਰੀ ਕਰਨੀ ਹੈ। ਦੁਆ ਹੈ ਅੱਲਾ ਇਹਨਾਂ ਦੇ ਕਾਰੋਬਾਰ 'ਚ ਬਰਕਤ ਫਰਮਾਵੇ, ਅਤੇ ਕੱਪੜਾ ਥੋੜ੍ਹਾ ਕਲਮੇ ਬੜਾ ਲੱਗੀਏ। ਕਈ ਦੋਸਤ ਮੁਰੀਦ ਹੋਣ 'ਤੇ ਆਉਂਦੇ ਨੇ, ਅਤੇ ਤੁਸੀਂ ਆਏ ਕੱਪੜਾ ਪਕੜ ਕੇ, ਜਿਵੇਂ ਮੈਂ ਕਲਮੇ ਪੜ੍ਹਾਂ ਤੁਸੀਂ ਮੇਰੇ ਮਗਰ ਮਗਰ ਪੜ੍ਹਦੇ ਆਓ। ਜਿੰਨਾ ਮੁਰੀਦ ਹੋਣਾ ਤੁਹਾਡੀ ਆਪਣੀ ਮਰਜ਼ੀ, ਉਹ ਇਰਾਦਾ ਕਰ ਲੈਣ ਅਸੀਂ ਬੈਤ ਪਿਆਉਂਦੇ ਹਾਂ। ਮੈਂ ਤੁਹਾਨੂੰ ਦੱਸਦਾ ਪਿਆ, ਇਰਾਦਾ ਨਾ ਕਰੋਗੇ ਤਾਂ ਬੈਤ ਨਹੀਂ ਹੋਵੇਗੀ, ਅਤੇ ਜੇ ਬੈਤ ਕਰ ਲਵੋ, ਬੈਤ ਨੂੰ ਰੱਖਣਾ ਜਾਂ ਤੋੜਨਾ ਇਹ ਪੀਰ ਦੇ ਹੱਥ ਵਿੱਚ ਨਹੀਂ, ਇਹ ਮੁਰੀਦ ਦੇ ਹੱਥ ਵਿੱਚ। ਪੀਰ 100 ਵਾਰੀ ਆਖੇ ਦਫਾ ਹੋ ਜਾ, ਤੂੰ ਮੇਰਾ ਮੁਰੀਦ ਕੋਈ ਨੂੰ, ਅੱਜ ਤੋਂ ਪਿੱਛੇ ਮੇਰੇ ਦਰਬਾਰ 'ਤੇ ਨਾ ਆਵੀਂ, ਬੈਤ ਨਹੀਂ ਟੁੱਟਦੀ। ਮੁਰੀਦ ਘਰ ਬੈਠਾ ਇਰਾਦਾ ਗਲਤ ਕਰ ਲਵੇ, ਬੈਤ ਟੁੱਟ ਜਾਂਦੀ। ਰੱਖਣੀ ਜਾਂ ਤੋੜਨੀ, ਪਾਣੀ ਪੀਵੀਏ ਪੁਣ ਕੇ, ਮੁਰਸ਼ਦ ਪਕੜੀਏ ਚੁਣ ਕੇ। ਮੁਰੀਦ ਹੋ ਜਾ, ਅਗਾਂ ਵੇਖਦਾ ਰਹਿ, ਸੌਦਾ ਗਲਿਆ ਹੋਵੇ, ਸੜਿਆ ਹੋਵੇ, ਨਾਕਸ ਹੋਵੇ, ਪਿਛਾ ਹਟ ਜਾਵੇ ਜ਼ੰਜੀਰ ਥੋੜ੍ਹੀ। ਇਹ ਤਾਂ ਨਹੀਂ ਵੀ ਸੰਗਲ ਵੱਗ ਗਿਆ, ਤੂੰ ਜਾ ਨਹੀਂ ਸਕਦਾ, ਨਹੀਂ ਜਾ ਸਕਦਾ। ਅਤੇ ਜੇ ਤੈਨੂੰ ਮਜ਼ਾ ਆਵੇ, ਤੈਨੂੰ ਤਰੱਕੀ ਹੋਵੇ ਦੀਨ ਦੁਨੀਆ, ਮੁੜ ਮਜ਼ਬੂਤੀ ਨਾ ਪਕੜੀ। ਜਿਵੇਂ ਜਿਵੇਂ ਸੋਚ ਟੈਟ ਕਰੇਗਾ, ਕਰੰਟ ਜ਼ਿਆਦਾ ਆ, ਸੋਚ ਲੂਜ਼ ਰੱਖੇਗਾ ਨਾ, ਮੁੜ ਥੋੜ੍ਹਾ ਥੋੜ੍ਹਾ ਆਵੇ। ਫਿਰ ਵੀ ਜੇ ਕਦਰ ਕਰਦਾ ਗਿਆ, ਇਨਸ਼ਾਅੱਲਾ ਵੱਧਦਾ ਜਾ। ਆਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਆਮਨਤੁ ਬਿੱਲਾਹਿ ਵਾ ਮਲਾਇਕਾਤਿਹਿ ਵਾ ਕੁਤੁਬਿਹਿ ਵਾ ਰੁਸੁਲਿਹਿ
ਵਲ ਯੌਮ ਅਲਾਖਿਰੇ ਵਲ ਕਦਰੇ ਖੈਰੇਹੀ ਵਲ ਸ਼ਰਰੇਹੀ ਮਿਨ ਅੱਲਾਹ ਤਾਲਾ ਵਲ ਬਾਸੇ ਬਾਦਲ ਮੌਤ ਅਸ਼ਹਦੁ ਅੱਲਾ ਇਲਾਹਾ ਇਲਾਹੁ ਵਾਹਦਹੁ ਲਾ ਸ਼ਰੀਕ ਲਹੁ ਵਾਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਰਸੂਲੁ ਅਸਤਗਫਿਰੁਲਲਾਹ ਤਾਲਾ ਰੱਬੀ ਮਿਨ ਕੁੱਲੇ ਜ਼ੰਬਿਨ ਵਾਤੂਬੁ ਇਲੈ। ਦੁਆ ਮੰਗੋ ਅੱਲਾਹ ਤਾਲਾ ਦੀਨ ਦੁਨੀਆ ਦੀਆਂ ਮੁਸ਼ਕਿਲਾਂ ਆਸਾਨ ਕਰੇ, ਪਰੇਸ਼ਾਨੀਆਂ ਦੂਰ। ਬੇਰਹਿਮਤ ਇੱਥੇ ਖੱਬੇ ਪਾਸੇ ਲਤੀਫਾ ਕਲ ਜਿਹਨੂੰ ਆਪਾਂ ਦਿਲ ਆਖਦੇ ਹਾਂ, ਉਂਗਲ ਨਹੀਂ ਰੱਖਣੀ, ਉੱਚਾ ਨਹੀਂ ਬੋਲਣਾ, ਦਿਲ 'ਚ ਪੜ੍ਹਨਾ ਅੱਲਾਹ ਅੱਲਾਹ ਅੱਲਾਹ, ਇਹ ਆਪਣੇ ਦਿਲ 'ਚ ਪੜਿਆ ਕਰੋ। ਜਿਹੜੇ ਮੁਰੀਦ ਹੋਏ ਉਹਨਾਂ ਦਾ ਪਹਿਲਾ ਸਬਕ ਹੈ, ਜਿਹੜੇ ਮੁਰੀਦ ਨਹੀਂ ਹੋਏ ਮੇਰੇ ਨੂੰ ਪਹਿਲਾ ਵੀ ਅਤੇ ਆਖਰੀ ਵੀ ਹੈ। ਕਰਨ ਦਾ ਤਰੀਕਾ ਇੱਕੋ ਹੀ ਹੈ। ਦੁਆ ਹੈ ਅੱਲਾਹ ਸਾਨੂੰ ਸਾਰਿਆਂ ਨੂੰ ਕਰਨ ਦੀ ਤੌਫੀਕ ਅਤਾ ਫਰਮਾਵੇ। ਯਾ ਅੱਲਾਹ ਜਿਤਨੇ ਮੁਸਾਫਰ ਨੇ ਖੈਰੋ ਅਫੀਅਤ ਨਾਲ ਆਪਣੀ ਮੰਜ਼ਿਲ ਮਕਸੂਦ 'ਤੇ ਪਹੁੰਚਾ। ਯਾ ਅੱਲਾਹ ਜਿਤਨੇ ਬਿਮਾਰ ਨੇ ਉਹਨਾਂ ਨੂੰ ਸਿਹਤ ਕਾਮਲ ਅਤਾ ਫਰਮਾ। ਯਾ ਅੱਲਾਹ ਜਿਨ੍ਹਾਂ ਬੱਚੀਆਂ ਬੱਚਿਆਂ ਦੇ ਰਿਸ਼ਤੇ ਨਹੀਂ ਹੋ ਰਹੇ ਉਹਨਾਂ ਨੂੰ ਕੋਈ ਅੱਛਾ ਸਬਬ ਬਣਾ, ਨੇਕ ਸਬਬ ਬਣਾ, ਉਹਨਾਂ ਦੀਆਂ ਸ਼ਾਦੀਆਂ ਹੋ ਜਾਵਣ। ਯਾ ਅੱਲਾਹ ਜਿੱਥੇ ਦੁਸ਼ਮਣੀਆਂ ਨੇ ਉਹਨਾਂ ਦੇ ਸਲੂਕ ਪੈਦਾ ਕਰਦੇ, ਉਹਨਾਂ ਦੀ ਮੁਹੱਬਤਾਂ ਪੈਦਾ ਕਰਦੇ। ਯਾ ਅੱਲਾਹ ਬੇਰੁਜ਼ਗਾਰੀ ਹੈ ਇਹਨੂੰ ਖਤਮ ਕਰਦੇ, ਮਹਿੰਗਾਈ ਹੈ ਇਹਨੂੰ ਖਤਮ ਕਰਦੇ। ਯਾ ਅੱਲਾਹ ਗਰੀਬਾਂ ਦੀ ਉਹ ਨਹੀਂ ਸੁਣਦੇ ਪਏ, ਤੂੰ ਤਾਂ ਸੁਣਨ ਵਾਲਾ ਸਾਡੀ ਸੁਣ ਲਾ, ਅਸੀਂ ਗਰੀਬ ਹੈ, ਮਸਕੀਨ ਹੈ, ਮਜਬੂਰ ਹਾਂ, ਲਾਚਾਰ ਹੈ, ਸਾਡੀ ਰਸਾਈ ਕਿੱਦਾਂ ਹੀ ਨਹੀਂ ਕੋਈ ਨਹੀਂ। ਯਾ ਅੱਲਾਹ ਤੇਰਾ ਦਰ ਛੱਡ ਕੇ ਕਿੱਥੇ ਜਾਵੇ, ਸਾਰਿਆਂ ਦੇ ਹਾਲਾਤ ਤੇਰੇ ਫਰਮਾ, ਖਾਸ ਕਰਕੇ ਜਿਹੜੇ ਦੋਸਤ ਇਤਨੀ ਤਕਲੀਫ ਕਰਕੇ ਆਏ ਨੇ, ਇਹਨਾਂ ਦੀ ਹਰ ਮੁਸ਼ਕਿਲ ਆਸਾਨ ਕਰ, ਹਰ ਮੁਰਾਦ ਪੂਰੀ ਕਰਦੇ, ਪਰੇਸ਼ਾਨੀਆਂ ਦੂਰ ਫਰਮਾ। ਸੱਲ ਅੱਲਾਹੁ ਤਾਲਾ ਅਲਾ ਖੈਰ ਖਲਕਿਹਿ ਬਿਰਹਿਮਤਿਹਿ।